ਦਾ ਫਿਲਮ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਰ ਅਸੀਂ ਪਹੁੰਚ ਚੁੱਕੇ ਹਾਂ ਪੀ ਵਿਆਰ ਤੇ, ਇੱਥੇ ਹੋ ਰਹੀ ਹੈ ਯਾਰਾ ਵੇ ਯਾਰਾ ਵੇ, ਕਿਉਂਕਿ ਇੱਥੇ ਪ੍ਰੀਮੀਅਰ ਹੋ ਰਿਹਾ ਹੈ ਯਾਰਾ ਵੇ ਦਾ, ਤੇ ਇੱਥੇ ਮੌਜੂਦ ਹੈ ਯਾਰਾ ਵੇ ਦੀ ਸਾਰੀ ਸਟਾਰਕਾਸਟ ਤੇ ਹੋਰ ਵੀ ਲੋਕ। ਆ ਜਾਓ ਵਾਰੀ ਵਾਰੀ ਉਹਨਾਂ ਨਾਲ ਗੱਲ ਕਰਦੇ। ਕਰਤਾਰ ਚਿੰਬਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਦਿਮਾਗ ਵਿੱਚ ਕੀ ਲੈ ਕੇ ਆਏ ਹੋ ਇਹ ਮੂਵੀ ਵੇਖਣ ਦੇ ਲਈ? ਮੈਂ ਨਾ ਖਾਲੀ ਛੱਡ ਕੇ ਆਇਆ ਦਿਮਾਗ, ਠੀਕ ਹੈ ਨਾ। ਮੈਂ ਕਦੇ ਕਿਸੇ ਨੂੰ ਕ੍ਰਿਟਿਸਿਜ਼ਮ ਕਰਦਾ ਨਾ, ਸਲਾਉਣਾ ਨਾ ਕੁਛ ਹੋ ਰਿਹਾ, ਮੈਂ ਖਾਲੀ ਦਿਮਾਗ ਲੈ ਕੇ ਆਇਆ। ਮੈਨੂੰ ਲੱਗਦਾ ਪੋਸਟਰ ਤੋਂ ਇੱਕ ਬਹੁਤ ਸਾਫ਼ ਸੁਥਰੀ ਅਤੇ ਸੱਜੀ ਜਿਹੀ ਫਿਲਮ ਹੋਣੀ ਆ, ਇੰਟਰਟੇਨਿੰਗ ਹੋਣੀ ਆ। ਮੈਨੂੰ ਤਾਂ ਇਹੀ ਰਹਿੰਦਾ ਕਿ ਪੁਰਾਣੇ ਜਿਹੜੇ ਜਿਹ 'ਚ ਪੀਰੀਅਡ ਵਿਖਾਇਆ ਗਿਆ ਹੋਵੇ ਕਿਵੇਂ ਦਾ ਸੀ, ਕੀ ਵਿਖਾਇਆ ਹੋਵੇਗਾ ਨਾ, ਉਹ ਚੀਜ਼ਾਂ ਦੀ ਕਰੋਸਟੀ ਰਹਿੰਦੀ ਹੈ। ਮੈਂ ਤਾਂ ਉਹੀ ਵੇਖਣ ਆਇਆ। ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਮਾਡਰਨ ਮੂਵੀਜ਼ ਹੁੰਦੀ ਹੈ ਉਸ ਤੋਂ ਹਟ ਕੇ ਕੁਝ ਵਿਖਾਇਆ ਜਾਏਗਾ? ਬਿਲਕੁਲ ਬਿਲਕੁਲ, ਅਸੀਂ ਤੁਸੀਂ ਵੀ ਹੋ, ਅਸੀਂ ਵੀ, ਸਾਨੂੰ ਇਹ ਕਰੋਸਟੀ ਜ਼ਰੂਰ ਹੈ ਕਿ ਅਸੀਂ ਚੱਲੇ ਕਿੱਥੋਂ ਆ, ਪਿੱਛੇ ਕੀ ਸੀਗਾ, ਕਿਵੇਂ ਦਾ ਮਾਹੌਲ ਸੀਗਾ, ਉਹ ਸਾਨੂੰ ਹੁਣ ਪਰਦੇ ਦੀ ਵੇਖਣ ਨੂੰ ਮਿਲਦਾ। ਸਾਡੇ ਨਾਲ ਖੜੇ ਹੈ ਯਾਰਾ ਵੇ ਦੇ ਪ੍ਰੋਡਿਊਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਇਹ ਦੱਸੋ ਦਿਮਾਗ ਵਿੱਚ ਚੱਲ ਕੀ ਰਿਹਾ ਹੁਣ? ਦਿਮਾਗੇ ਬਹੁਤ ਸਾਰੀ ਐਕਸਾਈਟਮੈਂਟ ਚੱਲ ਰਹੀ ਹੈ ਕਿ ਜਿੰਨੇ ਇੱਥੇ ਆਡੀਅੰਸ ਆਏ ਨੇ, ਫਰੈਂਡਸ, ਫੈਮਿਲੀ, ਇਹ ਜਿਹੜੀ ਆਪਾਂ 6-7 ਮਹੀਨੇ ਦੀ ਮਿਹਨਤ ਕੀਤੀ ਹੈ, ਉਹਨਾਂ ਨੂੰ ਕਿਸ ਤਰ੍ਹਾਂ ਰੰਗ ਲਿਆ ਜਾਂਦਾ, ਅਤੇ ਬਸ ਉਹਦਾ ਵੇਟ ਕਰ ਰਹੇ ਹਾਂ ਕਿ ਕੀ ਹੋਏਗਾ। ਉਹੀ ਕਿ ਜਦੋਂ ਕਿਸੇ ਬੰਦੇ ਦਾ ਪੈਸਾ ਲੱਗਿਆ ਹੁੰਦਾ ਹੈ ਨਾ, ਜਦੋਂ ਕੋਈ ਇਨਸਾਨ ਆਪਣਾ ਟਾਈਮ ਇਨਵੈਸਟ ਕਰਦਾ ਅਤੇ ਪੈਸੇ ਇਨਵੈਸਟ ਕਰਦਾ ਇੱਕ ਚੀਜ਼ ਦੇ ਵਿੱਚ, ਅਤੇ ਉਹ ਕਿਵੇਂ ਨਿਖਰ ਕੇ ਆਉਂਦੀ ਹੈ। ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਵੀ ਇਹ ਫਿਲਮ ਪਹਿਲੀ ਵਾਰ ਵੇਖੋਗੇ ਅੱਜ? ਮੈਂ ਫਿਲਮ ਦੇਖੀ ਹੈ, ਫਿਲਮ ਬਹੁਤ ਸੋਹਣੀ ਬਣੀ ਹੈ। ਵੱਡੇ ਪਰਦੇ 'ਤੇ? ਵੱਡੇ ਪਰਦੇ 'ਤੇ ਮੈਂ ਦੇਖ ਚੁੱਕੀ ਹਾਂ, ਬਹੁਤ ਸੋਹਣੀ ਬਣੀ ਹੈ। ਅਤੇ ਪੈਸਾ, ਜਦ ਤੱਕ ਪੈਸੇ ਦੀ ਗੱਲ ਹੈ, ਪੈਸਾ ਅੱਛੀ ਜਗ੍ਹਾ 'ਚ ਲਾਇਆ, ਹੁਣ ਬਸ ਤੁਸੀਂ ਦੇਖਣੀ ਹੈ ਅਤੇ ਉਹਦਾ ਰਿਪਲਾਈ ਸਾਨੂੰ ਦੇਣਾ ਕਿ ਉਹ ਕਿੱਦਾਂ ਦੀ ਬਣੀ ਹੈ। ਕਾਫੀ ਸਾਰੇ ਲੋਕ ਆਏ ਹੋਏ ਨੇ ਅਤੇ ਕਾਫੀ ਸਾਰੇ ਸਿੰਗਰਸ ਆਏ ਹੋਏ ਨੇ, ਅਤੇ ਉਹਨਾਂ ਦੇ ਦਿਮਾਗ ਵਿੱਚ ਇਹੀ ਹੈ ਕਿ ਪੁਰਾਣੀ ਜਿਹੜੀ ਫਿਲਮ ਹੈ, ਮਤਲਬ ਕਿ ਜਿਹੜੇ ਪੁਰਾਣੇ ਜ਼ਮਾਨੇ ਦੀ ਫਿਲਮ ਹੈ, ਉਹ ਵੇਖਣ ਅਸੀਂ ਆਏ ਹਾਂ, ਅਤੇ ਅਸੀਂ ਕੀ ਲੈ ਕੇ ਜਾਵਾਂਗੇ, ਅਤੇ ਤੁਸੀਂ ਦੱਸੋ ਕਿ ਉਹ ਕੀ ਲੈ ਕੇ ਜਾਣਗੇ? ਇਹਦੇ ਵਿੱਚ ਕੁਛ ਨਵਾਂ ਫੈਮਿਲੀ ਵੀ ਹੈਗਾ, ਡਰਾਮਾ ਵੀ ਹੈਗਾ, ਕੋਮੇਡੀ ਵੀ ਹੈਗੀ ਹੈ, ਫਿਰ ਵੰਡ ਵੀ ਹੈਗੀ ਹੈ, ਮਤਲਬ ਫੁੱਲ ਕਹਿੰਦੇ ਨੇ ਨਾ ਪੈਸਾ ਵਸੂਲ, ਇਹਦੇ ਵਿੱਚ ਉਹ ਹੈ, ਮਤਲਬ ਪਰਫੈਕਟ ਪੈਕੇਜ ਅਸੀਂ ਕਹਿ ਸਕਦੇ ਹਾਂ। ਮੂਵੀ ਵੇਖਦੇ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਕਰਾਂਗੇ। ਡੈਫੀਨੇਟਲੀ। ਸਾਡੇ ਨਾਲ ਖੜੇ ਨੇ ਯਾਰਾ ਵੇ ਦੇ ਡਾਇਰੈਕਟਰ ਰਾਕੇਸ਼ ਮਹਿਤਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਵਧੀਆ, ਦੱਸ, ਥੋੜ੍ਹਾ ਜਿਹਾ ਨਰਵਸ ਹਾਂ। ਉਹੀ ਮੈਂ ਕਹਿ ਰਹੀ ਸੀ, ਐਕਸਾਈਟਮੈਂਟ ਵੀ ਹੁੰਦੀ ਹੈ ਤਾਂ ਨਰਵਸਨੈਸ ਵੀ ਹੁੰਦੀ ਹੈ ਨਾ? ਜ਼ਿਆਦਾ ਐਕਸਾਈਟਮੈਂਟ ਤਾਂ ਸ਼ੂਟ ਦੇ ਟਾਈਮ ਹੁੰਦੀ ਹੈ, ਇਸ ਟਾਈਮ ਤਾਂ ਥੋੜ੍ਹੀ ਨਰਵਸਿਟੀ ਜ਼ਿਆਦਾ ਹੈ। ਨਰਵਸਨੈਸ ਕਿਉਂ ਹੈ, ਮਤਲਬ ਇੰਨੀ ਵਧੀਆ ਮੂਵੀ ਬਣੀ ਹੋਏਗੀ? ਉਹ ਗੱਲ ਹੈ, ਬਟ ਇਵੈਂਚੁਅਲੀ ਹੁਣ ਆਡੀਅੰਸ ਨੇ ਡਿਸਾਈਡ ਕਰਨਾ। ਅਸੀਂ ਤਾਂ ਫਿਲਮ ਵਧੀਆ ਬਣਾਤੀ ਹੈ, ਹਰ ਬੰਦਾ ਆਪਣੀ ਤਰਫੋਂ ਵਧੀਆ ਫਿਲਮਾਂ ਬਣਾਉਂਦਾ, ਲੇਕਿਨ ਅਸੀਂ ਫਿਲਮ ਨਹੀਂ ਬਣਾਈ, ਅਸੀਂ ਸਿਨੇਮਾ ਬਣਾਇਆ। ਥੋੜ੍ਹਾ ਨਰਵਸਿਟੀ ਉਹਦੀ ਜ਼ਿਆਦਾ ਕਿ ਪੰਜਾਬ 'ਚ ਥੋੜ੍ਹਾ ਜਿਹਾ ਹੈ ਨਾ, ਇੱਕ ਹੁੰਦਾ ਡਿਫੀਕਲਟ, ਬਟ ਮੈਨੂੰ ਲੱਗਦਾ ਕਿ ਫਿਲਮ ਬਹੁਤ ਵਧੀਆ ਬਣੀ ਔਰ ਸਾਰਿਆਂ ਨੂੰ ਪਸੰਦ ਆਏਗੀ। ਮਤਲਬ ਕਿ ਪੰਜਾਬ ਵਿੱਚ ਇਹੋ ਜਿਹਾ ਹੁੰਦਾ ਕਿ ਜਿਹੜੇ ਨਵੇਂ ਕੋਨਸੈਪਟ ਹੁੰਦੇ ਨੇ ਉਹ ਕਾਫੀ ਘੱਟ ਅਡੋਪਟ ਕੀਤੇ ਜਾਂਦੇ ਨੇ ਪਬਲਿਕ ਦੇ ਅਕੋਰਡਿੰਗ, ਹੈ ਨਾ? ਤਾਂ ਤੁਸੀਂ ਨਵਾਂ ਸਿਨੇਮਾ ਬਣਾਇਆ, ਇਸ ਟਾਈਮ ਦਿਮਾਗ ਵਿੱਚ ਇਹੀ ਚੱਲ ਰਿਹਾ ਹੋਣਾ ਕਿ ਕਿਵੇਂ ਆਡੀਅੰਸ ਇਸ ਨੂੰ ਐਕਸੈਪਟ ਕਰੇਗੀ ਜਾਂ ਨਹੀਂ ਕਰੇਗੀ? ਆਡੀਅੰਸ ਐਕਸੈਪਟ ਕਰੇਗੀ, ਕਿਉਂਕਿ ਫਿਲਮ ਬਹੁਤ ਸੋਹਣੀ ਹੈ, ਬੜੀ ਐਂਟਰਟੇਨਿੰਗ ਫਿਲਮ ਹੈ। ਆਡੀਅੰਸ ਡੈਫੀਨੇਟਲੀ ਐਕਸੈਪਟ ਕਰੇਗੀ, ਬਟ ਬਸ ਆਡੀਅੰਸ ਦੇਖਣਾ ਸ਼ੁਰੂ ਕਰਦੇ, ਪੁਸ਼ ਮਿਲ ਜਾਏ, ਉਹ ਜ਼ਰੂਰੀ ਹੈ। ਰਾਜਵੀਰ ਜੀ ਹੁੰਦਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਲੇ ਤੱਕ ਦੀ ਮੂਵੀ ਕਿਵੇਂ ਦੀ ਲੱਗ? ਬਹੁਤ ਵਧੀਆ ਜੀ, ਕਮਾਲ ਦੀ ਮੂਵੀ ਹੈ, ਪੂਰਾ ਜੁੜੇ ਹੋਏ ਆ ਫਿਲਮ ਦੇ ਨਾਲ। ਉਹ ਸਾਡੇ ਕੁਰਕਰੇ ਨੀਚੇ ਜਿਹੜੇ ਗਿਰੇ ਹੋਏ ਆ ਖਾਂਦੇ ਖਾਂਦੇ, ਅਤੇ ਉਹ ਦੱਸ ਰਹੇ ਆ ਵੀ ਫਿਲਮ 'ਚ ਸਾਡਾ ਕਿੰਨਾ ਜ਼ਿਆਦਾ ਧਿਆਨ ਸੀ,
ਜੇ ਸਾਡਾ ਕੁਰਕਣਾ ਚ ਧਿਆਨ ਹੁੰਦਾ ਸ਼ਾਇਦ ਅਸੀਂ ਗਰਨਾ ਦਿੰਦੇ ਹਲੇ ਇਸ ਕਰਕੇ ਬਹੁਤ ਵਧੀਆ ਤੇ ਬੀਇੰਗ ਅ ਸਿੰਗਰ ਤੁਹਾਨੂੰ ਮਿਊਜ਼ਿਕ ਕਿਵੇਂ ਦਾ ਲੱਗਾ ਇਸ ਮੂਵੀ ਦਾ ਮਿਊਜ਼ਿਕ ਬਹੁਤ ਵਧੀਆ ਜੀ ਮੇਰਾ ਵੀ ਇੱਕ ਗਾਣਾ ਇਹਦੇ ਵਿੱਚ ਗਾਇਆ ਹੋਇਆ ਹਜੇ ਚਲੋ ਇੰਟਰਵਲ ਹੋਇਆ ਮੇਰਾ ਖਿਆਲ ਉਹ ਮਿਰਜ਼ਾ ਮੈਂ ਗਾਇਆ ਉਹ ਬਾਅਦ ਚ ਆਏਗਾ ਤੇ ਉਸ ਤੋਂ ਬਿਨਾਂ ਹੈਪੀ ਰਾਏ ਕੋਟੀ ਦਾ ਮੈਂ ਹੁਣ ਗਾਣਾ ਸੁਣ ਕੇ ਹਟਿਆ ਕਮਾਲ ਦਾ ਸਾਰੇ ਗੀਤ ਬਹੁਤ ਵਧੀਆ ਨੇ ਮਿਊਜ਼ਿਕ ਬਹੁਤ ਵਧੀਆ ਬੈਕਗਰਾਊਂਡ ਬਹੁਤ ਵਧੀਆ ਇਸ ਮੂਵੀ ਦੇ ਵਿੱਚ ਇੱਕ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਜਿੱਦਾਂ ਹੁਣ ਅੱਜ ਦੇ ਦੌਰ ਦੇ ਵਿੱਚ ਆਪਾਂ ਜਦੋਂ ਬੋਲਦੇ ਹਾਂ ਪੰਜਾਬੀ ਅਤੇ ਇੰਗਲਿਸ਼ ਵਿੱਚ ਮਿਕਸ ਹੋ ਚੁੱਕੀ ਹੈ ਇਹਦੇ ਵਿੱਚ ਉਹ ਚੀਜ਼ਾਂ ਨਹੀਂ ਹੈਗੀਆਂ ਇਹਦੇ 'ਚ ਇਕੱਲੀ ਪਿਓਰ ਪੰਜਾਬੀ ਹੈ ਜਿਹੜੀ ਪਹਿਲਾਂ ਬੋਲੀ ਜਾਂਦੀ ਸੀ ਅੱਜ ਤੋਂ ਕਿੰਨੇ ਸਾਲ ਪਹਿਲਾਂ 1947 50 60 ਚਲੋ ਅਸੀਂ ਤਾਂ ਜੰਮੇ ਤਾਂ ਬਹੁਤ ਲੇਟ ਹਾਂ ਪਰ ਜਦੋਂ ਛੋਟੇ ਛੋਟੇ ਸੀ ਉਦੋਂ ਵੀ ਪੰਜਾਬੀ ਦੇ ਸ਼ਬਦ ਜਿਹੜੇ ਪਿਓਰ ਸੁਣਦੇ ਸੀ ਤਾਂ ਉਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਪਿਓਰ ਠੇਠ ਸ਼ਬਦ ਜਿਹੜੇ ਬੋਲੇ ਜਾਂਦੇ ਆ ਬਾਕੀ ਸਾਰਿਆਂ ਨੇ ਐਕਟ ਬਹੁਤ ਵਧੀਆ ਕੀਤਾ ਹੈਗਾ ਰਘਵੀਰ ਬੋਲੀ ਹੈ ਔਰ ਗਗਨ ਬਾਈ ਸਾਰਿਆਂ ਨੇ ਬਹੁਤ ਵਧੀਆ ਕਮਾਲ ਦਾ ਕੀਤਾ ਹਾਲੇ ਤੱਕ ਦਾ ਫੇਵਰੇਟ ਕੈਰੇਕਟਰ ਕਿਹੜਾ ਲੱਗ ਰਿਹਾ ਹਾਲੇ ਤੱਕ ਤਾਂ ਮੈਨੂੰ ਬੋਲੀ ਲੱਗ ਰਿਹਾ ਬੋਲੀ ਔਰ ਗਗਨ ਦੋਨੋਂ ਵਧੀਆ ਲੱਗ ਰਹੇ ਨੇ ਜੋ ਵੀ ਬਹੁਤ ਵਧੀਆ ਕਰ ਰਿਹਾ ਇੰਟਰਵਲ ਹੋ ਚੁੱਕਿਆ ਇੱਥੇ ਖੜੀ ਯਾਰਾ ਵੇ ਦੇ ਸਟਾਰਕਾਸਟ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਵਿੱਚ ਆ ਚੁੱਕੇ ਹੋ ਹੈ ਨਾ ਹਾਲੇ ਤੱਕ ਦੇ ਮੂਵੀ ਦੇ ਵਿੱਚ ਹਾਂਜੀ ਆਉਣਾ ਹੀ ਹੈ ਜੀ ਤੇ ਫਿਰ ਤੁਸੀਂ ਵਿੱਚ ਹੀ ਜਾ ਕੇ ਖੜੇ ਹੋ ਚੋ ਹਾਂ ਹੁਣ ਹੁਣ ਵਧੀਆ ਲੱਗ ਰਿਹਾ ਐਕਚੁਅਲੀ ਨਸੀਬੋ ਪਾਲੀ ਭਗਤ ਨੂੰ ਪਸੰਦ ਕਰਦੀ ਆ ਸੋ ਵੇਖ ਲਓ ਬੂਟੇ ਜੀ ਜੋ ਮਰਜ਼ੀ ਕਰੀ ਜਾਵੇ ਐਂਡ ਤਾਂ ਸਾਡੇ ਨਾਲ ਹੀ ਹੋਣਾ ਕਿਉਂ ਬਈ ਤੁਸੀਂ ਪਹਿਲਾਂ ਹੀ ਦੱਸਤਾ ਕਿ ਐਂਡ ਸਾਡੇ ਨਾਲ ਤਾਂ ਦਿਲ ਤੋਂ ਪਤਾ ਲੱਗਣਾ ਉਹਨਾਂ ਨੇ ਦਿਲੋਂ ਬੋਲਿਆ ਠੀਕ ਹੈ ਭਰਾ ਆ ਸਾਡਾ ਜੀ ਭਰਾਵਾਂ 'ਚ ਕੀ ਵੰਡਿਆ ਲੈ ਜਾ ਤੂੰ ਠੀਕ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਹਿੰਦੇ ਕਿ ਲੈ ਜਾ ਨਸੀਬੂ ਨੂੰ ਇੱਥੋਂ ਨਹੀਂ ਚਾਹੀਦਾ ਤੂੰ ਭੱਜਾ ਵੇਖ ਲਓ ਉਹਨਾਂ ਨੇ ਅਸੀਂ ਇਹ ਫਿਲਮ ਕੀਤੀ ਨਾ ਜੀ ਅਸੀਂ ਸੱਚੀ ਬਹੁਤ ਫਨ ਕੀਤਾ ਆਹ ਉਸਤਾਦ ਖੜਾ ਆਹ ਖੜਾ ਆ ਇਹ ਖੜੀ ਆ ਮੋਨਿਕਾ ਅਸੀਂ ਵੀ ਲਵ ਚੈਟਿੰਗ ਵੀ ਲਵ ਟੀਜ਼ਿੰਗ ਈਚ ਅਦਰ ਬਾਕੀ ਤੁਸੀਂ ਇੰਨੀਆਂ ਇੰਟਰਵਿਊਆਂ ਕੀਤੀਆਂ ਸਾਡੀਆਂ ਸਾਡਾ ਤਾਂ ਆਹ ਕੁਛ ਕੁੱਤ ਕਲੇਸ਼ ਹੀ ਚੱਲਦਾ ਰਿਹਾ ਅਤੇ ਇਹ ਤੁਹਾਡੇ ਦੋਸਤ ਨੂੰ ਪਿਆਰ ਹੋ ਗਿਆ ਤੁਹਾਨੂੰ ਮੂਵੀ ਦੇ ਵਿੱਚ ਤਾਂ ਬਸ ਪਤਾ ਲੱਗ ਰਿਹਾ ਕਿ ਤੁਹਾਨੂੰ ਬਹੁਤ ਜ਼ਿਆਦਾ ਇੱਧਰ ਉੱਧਰ ਕੀਤਾ ਜਾਂਦਾ ਅਤੇ ਰੀਅਲ ਲਾਈਫ ਦੇ ਵਿੱਚ ਵੀ ਕੁਛ ਐਵੇਂ ਹੋਇਆ ਸੀ ਨਹੀਂ ਰੀਅਲ ਲਾਈਫ 'ਚ ਤਾਂ ਨਹੀਂ ਹੋਇਆ ਜੀ ਰੀਅਲ ਲਾਈਫ 'ਚ ਤਾਂ ਅਸੀਂ ਮੇਰੇ ਖਿਆਲ 'ਚ ਪਹਿਲੀ ਸਾਡੀ ਮੂਵੀ ਆ ਬਾਈ ਨਾਲ ਪਹਿਲੀ ਵਾਰੀ ਅਸੀਂ ਇਹਨੇ ਰੀਅਲ ਲਾਈਫ 'ਚ ਪਰੇਸ਼ਾਨ ਤਾਂ ਨਹੀਂ ਕੀਤਾ ਨਹੀਂ ਨਹੀਂ ਪਰੇਸ਼ਾਨ ਬਹੁਤ ਅੱਛੇ ਗ੍ਰੇਟ ਬਹੁਤ ਹੀ ਵਧੀਆ ਮਤਲਬ ਇੱਕ ਸੁਚੱਜਾ ਐਕਟਰ ਆ ਪਰਦੇ ਤੇ ਸੁਚੱਜਾ ਐਕਟਰ ਥੈਂਕ ਯੂ ਚਲੇ ਤਾਂ ਡੋਨਟ ਬੀ ਨਾਈਸ ਜਸਟ ਕਜ਼ ਦ ਕੈਮਰਾਸ ਔਨ ਇਹ ਸਾਰਿਆਂ ਨੂੰ ਪਰੇਸ਼ਾਨ ਕਰਦਾ ਆ ਤੇ ਤੁਸੀਂ ਇੱਕ ਮਸ਼ੀਨ ਲੈ ਕੇ ਆਇਓ ਕਿਵੇਂ ਡਰਾਓਗੇ ਇਹਨਾਂ ਨੂੰ ਉਸ ਮਸ਼ੀਨ ਤੋਂ ਤੁਹਾਡੇ ਸਾਹਮਣੇ ਆ ਪਿੰਡ ਦੀਆਂ ਬੁੜੀਆਂ ਛਾਲਾਂ ਤਾਂ ਮਾਰਦੀਆਂ ਫਿਰਦੀਆਂ ਸਾਰੇ ਪਿੰਡ 'ਚ ਭਗਤ ਨੂੰ ਜਾਨਵਰ ਨੇ ਫੜ ਲਿਆ ਦਿਸ ਦੈਟ ਹੈ ਨਾ ਅਤੇ ਉਹ ਤਾਂ ਹੈ ਹੀ ਆ ਮਸ਼ੀਨ ਤੁਹਾਨੂੰ ਸ਼ਾਇਦ ਨਾ ਲੱਗੇ ਹੈ ਨਾ ਕਿਉਂਕਿ ਅੱਜ ਟਾਈਮ ਉਹਨਾਂ ਲਈ ਤਾਂ ਲੈਂਬਰਗਿਨੀ ਤਾਂ ਫਸਟ ਲੁੱਕ ਆ ਕੀ ਆ ਗਿਆ ਉਹ ਚੀਜ਼ ਹੈ ਉਹ ਤਾਂ ਹੈ ਹੀ ਸਾਹਮਣੇ ਅਤੇ ਹਸ਼ਨੀਨ ਜੀ ਕੀ ਐਕਸਪੈਕਟ ਕਰਦੀ ਹੈ ਇਸ ਮਸ਼ੀਨ ਤੋਂ ਹਸ਼ਨੀਨ ਨੂਰਾਂ ਜੋ ਹੈ ਠੀਕ ਹੈ ਨੂਰਾਂ ਵੀ ਇੱਕਦਮ ਅਮੇਜ਼ ਹੋਊਗੀ ਤੁਸੀਂ ਦੇਖੋਗੇ ਹੁਣ ਇੰਟਰਵਲ ਤੋਂ ਬਾਅਦ ਕਿਉਂਕਿ ਸਾਈਕਲ ਤਾਂ ਪੂਰੇ ਪਿੰਡ ਵਿੱਚ ਕਿਸੇ ਨੇ ਵੀ ਨਹੀਂ ਦੇਖਿਆ ਹੈਗਾ ਅਤੇ ਉਹ ਐਕਸਾਈਟਮੈਂਟ ਹੈ ਕਿ ਆਹ ਕੀ ਚੀਜ਼ ਆ ਗਈ ਜਿਵੇਂ ਅੱਜ ਕੱਲ੍ਹ ਗੱਡੀਆਂ ਨੂੰ ਦੇਖ ਕੇ ਲੋਕ ਐਕਸਾਈਟਡ ਹੋ ਜਾਂਦੇ ਨੇ ਵੀ ਨਵੀਂ ਤੋਂ ਨਵੀਂ ਗੱਡੀ ਉਹ 'ਚ ਆਹ ਫੈਸਿਲਿਟੀ ਹੈ ਤਾਂ ਉਸ ਟਾਈਮ ਵਾਸਤੇ ਸਾਈਕਲ ਬਹੁਤ ਵੱਡੀ ਚੀਜ਼ ਸੀ ਉਹ ਸਟੋਰੀ ਮੈਨੂੰ ਬਹੁਤ ਵਧੀਆ ਲੱਗੀ ਅਤੇ ਜਿਹੜੇ ਕਰੈਕਟਰ ਨੇ ਉਹ ਬਹੁਤ ਵਧੀਆ ਨੇ ਲਿਰਿਕਸ ਬਹੁਤ ਵਧੀਆ ਨੇ ਮਿਊਜ਼ਿਕ ਬਹੁਤ ਵਧੀਆ ਹੈ ਤਾਂ ਮੂਵੀ ਨੇ ਸਾਨੂੰ ਹੁਣ ਜਿਹੜਾ ਘੰਟਾ ਅਸੀਂ ਦੇਖੀ ਹੈ ਮੂਵੀ ਇੱਕ ਪਲ ਵੀ ਅਸੀਂ ਇੱਧਰ ਉੱਧਰ ਨਹੀਂ ਹੋ ਸਕੇ ਕਿਉਂਕਿ ਸਟੋਰੀ ਜੋੜ ਕੇ ਰੱਖਦੀ ਹੈ ਸੋ ਇੱਦਾਂ ਦੀ ਸਟੋਰੀ ਹੋਵੇ ਤਾਂ ਫਿਰ ਬਾ ਕਮਾਲ ਫਿਲਮ ਤੁਸੀਂ ਕਿਹਾ ਹਾਲੇ ਕਿ ਨਾ ਭਾਈ ਹੈ ਮੇਰਾ ਹੈ ਨਾ ਅਤੇ ਇਸ ਮੂਵੀ ਦੇ ਵਿੱਚ ਵੀ ਭਾਈਚਾਰਾ ਵਿਖਾਇਆ ਗਿਆ ਫਰੈਂਡਸ਼ਿਪ ਵਿਖਾਈ ਗਈ ਹੈ ਤੁਸੀਂ ਕਿਵੇਂ ਰਿਲੇਟ ਕਰਦੇ ਹੋ ਆਪਣੇ ਆਪ ਨਾਲ ਨਾਮ ਦੇਖੋ ਤੁਸੀਂ ਯਾਰਾ ਵੇ ਐਂਡ ਯਾਰੀ 'ਤੇ ਰਿਲੇਟ ਕਰਦੀ ਹੈ ਸੋ ਸਾਡੀ ਤਾਂ ਮੇਰੇ ਖਿਆਲ ਯਾਰੀ ਬਹੁਤ ਪੁਰਾਣੀ ਆ ਅਸੀਂ ਤਾਂ ਜਦੋਂ ਉਦੋਂ ਕਲਾਕਾਰ ਬਣਨ ਤੋਂ ਪਹਿਲਾਂ ਦੀ ਆ ਸੋ ਮੈਂ ਕਹਿੰਦਾ ਛੋਟਾ ਭਰਾ ਸੋ ਜਿਹੜੀ ਇਹ ਯਾਰਾ ਵੇ ਅੱਜ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸੋ ਮੈਂ ਜਦੋਂ ਸ਼ੁਰੂ ਹੋਈ ਸੀ ਪਹਿਲੇ ਦਿਨ ਸ਼ੂਟ ਸ਼ੁਰੂ ਹੋਇਆ ਸੀ ਮੈਨੂੰ ਉੱਦਣ ਹੀ ਬਾਈ ਨੇ ਫਿਰ ਆ ਕੇ ਦੱਸਿਆ ਕਿਉਂਕਿ ਅਸੀਂ ਇਕੱਠੇ ਰਹਿੰਦੇ ਸੀ ਅਤੇ ਮੈਨੂੰ ਲੱਗਦਾ ਵੀ ਬਹੁਤ ਵਧੀਆ ਸ਼ੂਟ ਹੋਈ ਜਾਂਦਾ ਅੱਜ ਤੁਸੀਂ ਦੇਖ ਹੀ ਲਿਆ ਫਿਰ ਮੈਂ ਜਾਂਦਾ ਉੱਥੇ ਇਹ ਜਾਂਦਾ ਐਂਡ ਮੈਂ ਇਹਨੂੰ ਵੀ ਬਹੁਤ ਵਿਸ਼ ਗੁੱਡ ਲੱਕ ਮਤਲਬ ਫੋਰ ਫਿਊਚਰ ਹੀ ਇਜ਼ ਗੋਟ ਸੋ ਮੱਚ ਪੋਟੈਂਸ਼ੀਅਲ ਅਤੇ ਸਾਡੀ ਇੰਡਸਟਰੀ ਦਾ ਇੱਕ ਹੀਰਾ ਆ ਤੂੰ ਚੱਲ ਚੱਲ ਮੇਰੇ ਨਾਲ ਆ ਜਾ ਬੇਰੀ ਤੁਹਾਨੂੰ ਪਿੰਡ ਨਹੀਂ ਭੁੱਲਣ ਦਿੰਦੀ ਤੁਸੀਂ ਜਿੱਥੇ ਵੀ ਜਾਓਗੇ ਚੱਕ 43 ਤੁਹਾਡੇ ਵਿਹੜੇ ਵਿੱਚ ਘੁੰਮੂਗਾ ਮੂਵੀ ਖਤਮ ਹੋ ਚੁੱਕੀ ਹੈ ਹੁਣ ਸਾਡੇ ਨਾਲ ਹੈ ਮੋਨਿਕਾ ਗਿੱਲ ਜੀ ਸਤਿ ਸ਼੍ਰੀ ਅਕਾਲ ਦੁਬਾਰਾ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਦੇ ਸਾਡੇ ਹੀਰੋ ਸਾਹਿਬ ਉੱਥੇ ਰੋਂਦੇ ਸੀਗੇ ਬੈਠੇ ਹੋ ਰਹੇ ਸੀ ਨਹੀਂ ਚਲੋ ਇਟਸ ਵੀ ਮੇਡ ਅ ਗੁੱਡ ਫਿਲਮ ਮਿਸਟਰ ਸ਼ੇਕ ਹੈਂਡਸ ਨਹੀਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ
ਮੈਮ ਪਹਿਲਾਂ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਹਸਾਇਆ ਹੈ ਨਾ, ਉਸ ਤੋਂ ਬਾਅਦ ਕਾਫੀ ਜ਼ਿਆਦਾ ਇਮੋਸ਼ਨਲ ਕਰਦਾ, ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਬੇਟੇ ਦੀ ਪਰਫਾਰਮੈਂਸ? ਬਹੁਤ ਖੁਸ਼ ਹਾਂ, ਵੈਸੇ ਤਾਂ ਸਾਰੀਆਂ ਮਾਵਾਂ ਹੀ ਆਪਣੇ ਬੱਚੇ ਨੂੰ ਦੇਖ ਕੇ ਹੀ ਬਹੁਤ ਖੁਸ਼ ਹੋ ਜਾਂਦੀਆਂ ਨਾ, ਪਰ ਮਤਲਬ ਮੂਵੀ ਦੇਖ ਕੇ ਤਾਂ ਮਤਲਬ ਅਮੇਜ਼ਿੰਗ, ਆਈ ਹੈਵ ਨੋ ਵਰਡਸ। ਅਤੇ ਤੁਸੀਂ ਸ਼ਾਇਦ ਪਹਿਲੀ ਮੂਵੀ ਵੇਖ ਰਹੇ ਹੋ ਆਪਣੀ ਮੰਮਾ ਦੇ ਨਾਲ, ਹੈ ਨਾ, ਇੰਡੀਆ ਦੇ ਵਿੱਚ? ਮੇਰੀ ਪਹਿਲੀ ਮੂਵੀ ਆ ਜੀ, ਅਤੇ ਜਿਹੜੀ ਮੈਂ ਆਪਣੇ ਪੇਰੈਂਟਸ ਨਾਲ ਦੇਖ ਰਿਹਾ, ਅਤੇ ਆਈ ਥਿੰਕ ਇਟਸ ਗੁੱਡ। ਤੁਸੀਂ ਇੰਨੇ ਜ਼ਿਆਦਾ ਇਮੋਸ਼ਨਲ ਲੱਗ ਰਹੇ ਹੋ, ਤੁਸੀਂ ਮੈਂ ਹੁਣ ਮੈਂ ਕੀ ਕਹਾਂ, ਤੁਹਾਡੀ ਅੱਖਾਂ ਦੇ ਵਿੱਚ ਵੀ ਅੰਜੂ ਅੰਜੂ ਨੇ, ਹੈ ਨਾ। ਇੱਕ ਤਾਂ ਫਿਲਮ ਦਾ ਪਾਰਟ ਬੜਾ, ਕਿਉਂਕਿ ਅਸੀਂ ਸਾਰੇ ਪਾਕਿਸਤਾਨ ਤੋਂ ਆਏ ਹੋਏ ਹਾਂ, ਅਤੇ ਉਹ ਮੈਂ ਤਾਂ ਹੁਣ ਦੇਖਿਆ ਜੀ, ਇਟਸ ਸੋ ਇਮੋਸ਼ਨਲ, ਐਂਡਿੰਗ ਸੋ ਇਮੋਸ਼ਨਲ, ਸਾਰੀ ਫਿਲਮ ਹੱਸੀ ਗਏ ਹਾਂ ਐਂਡ 'ਤੇ ਆ ਕੇ ਉਸ ਚੀਜ਼ ਨੂੰ, ਕਿਉਂਕਿ ਉਹ ਨਾਲ ਜੁੜ ਗਏ ਸੀਗੇ ਐਂਡ 'ਤੇ ਆ ਕੇ, ਉਹੀ ਬੰਦੇ ਵੱਖ ਹੁੰਦੇ ਐਂਡ ਚੀਜ਼ਾਂ, ਉਹ ਕਹਾਣੀਆਂ ਸੁਣੀਆਂ ਮੰਮੀ ਤੋਂ ਸੁਣੀਆਂ, ਅਤੇ ਮੇਰੇ ਨਾਨੇ ਹੁਣੀ ਮੇਰੇ ਦਾਦੇ ਹੁਣੀ ਕਿੱਦਾਂ ਆਏ, ਪਾਕਿਸਤਾਨ 'ਚੋਂ ਆਏ ਹੋਏ ਆ, ਉਹਨਾਂ ਨੇ ਸਾਰਾ ਇਹ ਦੁੱਖ ਅਸਲ 'ਚ ਹਟਾਇਆ ਹੋਇਆ, ਉਹ ਸੁਣਿਆ ਹੋਇਆ ਸਾਰਾ ਕੁਛ। ਮਹਿਤਾਬ ਜੀ ਵੀ ਇੱਥੇ ਨੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਹੋ, ਠੀਕ ਹੋ ਜੀ? ਬਹੁਤ ਵਧੀਆ, ਤੁਹਾਡੇ ਦੋਸਤ ਰੋ ਰਹੇ ਨੇ। ਮੈਂ ਆਪ ਨਾਲ ਬੈਠਾ ਰੋ ਰਿਹਾ ਸੀ, ਪਹਿਲਾਂ ਅਸੀਂ ਹੱਸਦੇ ਸੀ ਇਕੱਠੇ, ਜਦੋਂ ਚੱਲਦਾ ਸੀ ਨਾ, ਮੈਂ ਹੱਥ ਫੜ ਲਿਆ ਸੀ, ਕਿਉਂਕਿ ਮੈਂ ਉਹ ਚੀਜ਼ ਨੂੰ ਫੀਲ ਕਰ ਰਿਹਾ ਸੀ, ਅਤੇ ਮੈਂ ਦੱਸਿਆ ਬਾਈ ਨੂੰ, ਅਤੇ ਅਸੀਂ ਆਲਵੇਜ਼ ਗੱਲ ਕਰਦੇ ਹਾਂ ਵੀ ਸਾਡੇ ਬਾਪੂ ਜੀ ਨੇ ਤਾਂ ਆਪ ਸਾਨੂੰ ਗੱਲਾਂ ਸੁਣਾਈਆਂ ਹੋਈਆਂ, ਅਸੀਂ ਸੁਣੀਆਂ ਹੋਈਆਂ, ਸੋ ਅਸੀਂ ਜ਼ਿਆਦਾ ਫੀਲ ਕਰ ਬੈਠੇ। ਸੋ ਮੈਂ ਕਹਿੰਦਾ ਕਿ ਜਿਹੜੇ ਮੇਰੇ ਫੈਨਸ, ਜਿਹੜੇ ਬਾਈ ਦੇ ਫੈਨਸ, ਜਿਹੜੇ ਪੰਜਾਬੀ ਸਿਨੇਮਾ ਨੂੰ ਪਿਆਰ ਕਰਦੇ ਆ, ਕੱਲ੍ਹ ਨੂੰ ਜਾ ਕੇ ਤੁਸੀਂ ਮੂਵੀ ਜ਼ਰੂਰ ਦੇਖ ਕੇ ਆਇਓ, ਤੁਹਾਡੇ ਚੈਨਲ ਦੇ ਰਾਹੀਂ ਅਸੀਂ ਮੈਸੇਜ ਦਿੰਦੇ ਹਾਂ ਸਾਰਿਆਂ ਨੂੰ। ਗਗਨ ਦੇ ਨਾਨਾ ਜੀ ਸੇਮ ਇਸੇ ਤਰ੍ਹਾਂ ਪਾਕਿਸਤਾਨ ਜਾ ਕੇ ਆਪਣੇ ਫਰੈਂਡਸ ਨੂੰ ਮਿਲ ਕੇ ਆਏ ਸੀ ਰੀਅਲ 'ਚ, ਹਾਂ, ਪਾਸਪੋਰਟ ਬਣਾ ਕੇ। ਸੋ ਇਹ ਸਾਡੇ ਜਾਂਦੇ ਆ ਜਿਹੜੇ ਇੱਥੇ ਆ ਗਏ ਸੀ, ਉਹ ਆਪਣੇ ਦੋਸਤਾਂ ਨੂੰ ਮਿਲਣ ਜਾਂਦੇ ਆ, ਸੋ ਬਹੁਤ ਚੰਗੀ ਸਟੋਰੀ, ਬਹੁਤ ਵਧੀਆ ਕੰਮ। ਥੈਂਕ ਯੂ ਸੋ ਮਚ, ਆਲ ਦਾ ਵੈਰੀ ਬੈਸਟ ਟੂ ਯੂ। ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਨੂੰ ਵੀ ਇਹ ਮੂਵੀ ਬਹੁਤ ਪਸੰਦ ਆਏ। ਜ਼ਰੂਰ ਜਾਇਓ ਜੀ ਦੇਖਣ, ਜੈਨੂਅਨਲੀ ਵਧੀਆ ਫਿਲਮ ਆ ਜੀ ਐਂਡ ਤੁਹਾਨੂੰ ਸੱਚੀ ਪਸੰਦ ਆਊਗੀ ਫਿਲਮ। ਆਡੀਅੰਸ ਲਈ ਇਹ ਜ਼ਿਆਦਾ ਵਧੀਆ, ਕਿਉਂਕਿ ਆਡੀਅੰਸ ਇੰਟਰੈਕਟ ਤਾਂ ਹੀ ਕਰੂਗੀ ਇਸ ਫਿਲਮ ਦੇ ਵਿੱਚ, ਜੇ ਜੋ ਕਿਤੇ ਨਾ ਕਿਤੇ ਕੋਈ ਚੀਜ਼ ਛੁੱਟ ਜੇ ਨਾ ਤਾਂ ਉਸ ਦੇ ਵਿੱਚ ਜ਼ਿਆਦਾ ਮਜ਼ਾ ਆਉਂਦਾ। ਤਾਂ ਓਬੀਅਸ ਜੀ ਗੱਲ ਆ, ਹੁਣ ਹੀਰੋ ਤਾਂ ਭਾਈ ਲੈ ਕੇ ਜਾਊਗਾ ਹੀਰੋਇਨ, ਠੀਕ ਹੈ ਨਾ। ਅਤੇ ਚਲੋ ਠੀਕ ਆ, ਓਵਰਆਲ ਭਗਤੂ ਨੋਟਿਸ ਹੋ ਰਿਹਾ ਵਧੀਆ, ਸਾਰੇ ਜਣੇ ਪਿਆਰ ਦੇ ਰਿਹਾ, ਸਾਰੇ ਭਗਤੂ ਦੇ ਨਾਂ ਨਾਲ ਬੁਲਾ ਰਹੇ ਮੈਨੂੰ, ਆਮ ਸੋਰੀ। ਅਤੇ ਥੈਂਕ ਯੂ ਸੋ ਮੱਚ, 5 ਅਪ੍ਰੈਲ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਆਪਣੀ ਇਹ, ਅਤੇ ਇੱਕ ਨਹੀਂ ਦੋ ਨਹੀਂ, ਘੱਟੋ ਘੱਟ 3-4 ਵਾਰੀ ਫਿਲਮ ਦੇਖੋ, ਤੁਹਾਨੂੰ ਮਜ਼ਾ ਆਊਗਾ। ਤੁਸੀਂ ਕਿੰਨਾ ਕਰੋਏ, ਤੁਸੀਂ ਹਸਾਇਆ ਤਾਂ ਬਹੁਤ, ਤੁਸੀਂ ਰੋਏ ਕਿੰਨਾ ਕੁ ਹਾਲੇ ਮੂਵੀ ਵੇਖ ਕੇ? ਰੋਏ ਸੀਗੇ ਜੀ, ਇਮੋਸ਼ਨ ਸੀਨ ਸੀਗੇ ਜਿੱਥੇ, ਕਿਉਂਕਿ ਜਦੋਂ ਤੁਸੀਂ ਉਹ ਟਾਈਮ ਨੂੰ ਫੀਲ ਕਰਦੇ ਹੋ ਨਾ, ਕਿਉਂਕਿ ਸਾਡੇ ਨਾਲ ਉਹ ਚੀਜ਼ ਨਹੀਂ ਵਾਪਰੀ, ਪਰ ਜਦੋਂ ਤੁਸੀਂ ਇੱਕ ਕਰੈਕਟਰ ਜੀ ਰਹੇ ਹੁੰਦੇ ਹੋ ਤਾਂ ਉਹ ਤੁਹਾਡੇ ਨਾਲ ਹੀ ਵਾਪਰ ਰਿਹਾ ਹੁੰਦਾ। ਤਾਂ ਹੁਣ ਮੈਂ ਜਦੋਂ ਦੇਖ ਰਿਹਾ ਸੀਗਾ, ਮਤਲਬ ਅੱਖਾਂ ਗਿੱਲੀਆਂ ਵੀ ਹੋਈਆਂ, ਪਰ ਜਿੱਥੇ ਹੱਸਣ ਵਾਲੇ ਸੀਨ ਸੀਗੇ ਉੱਥੇ ਹੱਸੇ ਵੀ, ਬਹੁਤ ਖੂਬ ਆਨੰਦ ਲਿਆ। ਅਤੇ ਤੁਸੀਂ ਦੋਵੇਂ ਫਰੈਂਡਸ ਹੋ, ਹੈ ਨਾ, ਅਤੇ ਕਿੰਨਾ ਕੁ ਰਿਲੇਟ ਕਰਿਆ ਇਸ ਯਾਰੀ ਨੂੰ, ਇਸ ਵੰਡ ਨੂੰ? ਓਕੇ, ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਹੀ ਇਜ਼ ਵਨ ਆਫ ਦਾ ਬੈਸਟ ਐਕਟਰਸ ਦੈਟ ਵੀ ਹੈਵ ਇਨ ਆਰ ਇੰਡਸਟਰੀ, ਔਰ ਮੈਂ ਆਮ ਲੁਕਿੰਗ ਫੋਰਵਰਡ ਕਿ ਇਹ ਅੱਗੇ ਅੱਗੇ ਹੋਰ ਮੂਵੀਜ਼ 'ਚ ਆਉਣਗੇ, ਮੈਂ ਹੋਰ ਦੇਖਣਾ ਚਾਹੁੰਦਾ, ਹੈ ਨਾ, ਬਿਕੋਜ਼ ਆਈ ਨੋ ਕਿ ਇਹਨਾਂ ਦਾ ਪੋਟੈਂਸ਼ੀਅਲ ਕੀ ਹੈ ਔਰ ਇਹ ਕੀ ਕਰ ਸਕਦੇ ਨੇ, ਓਬਵੀਅਸਲੀ ਕਰਨਗੇ। ਹਾਂਜੀ, ਤੁਸੀਂ ਯਾਰੀ ਦੀ ਗੱਲ ਕੀਤੀ ਕਿ ਕਿੱਦਾਂ ਮਹਿਸੂਸ ਹੋਇਆ, ਮੇਰੇ ਵੀ ਦੋਸਤ ਨੇ, ਵੀਰਾ ਵੀ ਮੇਰੇ ਦੋਸਤਾਂ 'ਚੋਂ ਆਉਂਦਾ, ਕੁਛ ਥੋੜ੍ਹਾ ਜਿਹਾ ਸਰਕਲ ਆ ਮੇਰਾ ਉਹਨਾਂ 'ਚੋਂ, ਇਹ ਵੀ ਇੱਕ ਨੇ, ਅਤੇ ਮੈਂ ਆਪਣੇ ਜੋ ਫਰੈਂਡਸ ਨੇ ਉਹਨਾਂ ਨਾਲ ਬਹੁਤ ਇਮੋਸ਼ਨਲੀ ਅਟੈਚ ਆ। ਮੈਨੂੰ ਕਦੇ ਅਗਰ ਕਿਸੇ ਇੱਦਾਂ ਦੀ ਸਿਚੁਏਸ਼ਨ ਕਰਕੇ ਆਪਣੇ ਯਾਰਾਂ ਦੋਸਤਾਂ ਨੂੰ ਛੱਡਣਾ ਪੈ ਜਾਵੇ ਜਾਂ ਰਿਸ਼ਤੇਦਾਰਾਂ ਨੂੰ ਛੱਡਣਾ ਪੈ ਜਾਵੇ, ਹੈ ਨਾ, ਅਗਰ ਇੱਦਾਂ ਜਿੱਦਾਂ ਉਸ ਦਿਖਾਇਆ ਗਿਆ ਕਿ ਪਾਕਿਸਤਾਨ ਇੰਡੀਆ ਜਦੋਂ ਅਲੱਗ ਹੋਇਆ ਸੀਗਾ, ਉਹ ਮੇਰੇ ਖਿਆਲ 'ਚ ਕਿਸੇ ਲਈ ਵੀ ਬਹੁਤ ਟਫ ਹੋਏਗਾ, ਹੈ ਨਾ। ਬੂਟਾ ਸਿੰਘ ਅਤੇ ਨਸੀਬੋ, ਹੈ ਨਾ, ਹੁਣ ਅਸੀਂ ਤੁਹਾਨੂੰ ਇਸ ਕਿਰਦਾਰ ਦੇ ਨਾਮ 'ਤੇ ਬੁਲਾ ਸਕਦੇ ਹਾਂ ਨਾ, ਨਸੀਬੋ? ਹਾਂ, ਬੁਲਾ ਲਓ, ਜਿੰਨਾ ਮਰਜ਼ੀ ਬੁਲਾ ਲਓ। ਅਤੇ ਕਿੰਨਾ ਕੁ ਇਮੋਸ਼ਨਲ ਹੋਏ ਹੋ ਤੁਸੀਂ ਮੂਵੀ ਦਾ ਐਂਡ ਵੇਖ ਕੇ? ਮੈਂ ਤਾਂ ਠੀਕ ਸੀ, ਇਹ ਜ਼ਿਆਦਾ ਇਮੋਸ਼ਨਲ ਹੋ ਗਏ ਸੀਗੇ। ਮੈਂ ਵੇਖਿਆ ਸੀ ਇਹਨਾਂ ਦੇ ਹੰਝੂ ਡੁੱਲ ਰਹੇ ਸੀ, ਹੈ ਨਾ। ਯਾ, ਹੀ ਵਾਸ ਡੈਫੀਨਿਟਲੀ ਕ੍ਰਾਈਂਗ, ਬਟ ਆਈ ਥਿੰਕ ਇਟ ਵਾਸ ਮੋਰ ਟੀਅਰਸ ਆਫ ਹੈਪੀਨੈਸ। ਆਈ ਥਿੰਕ ਹੀ ਐਂਡ ਆਈ ਆਰ ਬੋਥ ਗਲੈਡ ਦੈਟ ਵੀ ਵਰ ਪਾਰਟ ਆਫ ਦਿਸ ਫਿਲਮ। ਵੀ ਫੀਲ ਵੈਰੀ ਫੋਰਚੁਨੇਟ ਦੈਟ ਰਾਕੇਸ਼ ਸਰ ਪੇਅਰਡ ਅਸ ਅਪ ਐਂਡ ਹੀ ਮੇਡ ਐਂਡ ਹੀ ਐਕਚੁਅਲੀ ਸਾਅ ਅਸ ਐਜ਼ ਅ ਕੈਰੈਕਟਰਸ। ਵੀ ਮੇਡ ਅ ਰੀਲੀ ਗੁੱਡ ਫਿਲਮ। ਅਤੇ ਤੁਹਾਨੂੰ ਦੋਨਾਂ ਦੀ ਨਾ ਕੈਮਿਸਟਰੀ ਜਿਹੜੀ ਅਸੀਂ ਇੰਟਰਵਿਊਜ਼ 'ਚ ਵੇਖੀ ਹੈ, ਪ੍ਰੈਸ ਕਾਨਫਰੰਸ 'ਚ ਵੇਖੀ ਹੈ, ਉਹ ਸਾਨੂੰ ਸਕਰੀਨ 'ਤੇ ਵੀ ਵੇਖਣ ਨੂੰ ਮਿਲ ਰਹੀ ਸੀ, ਹੁਣ ਅੱਗੇ ਇਹ ਜੋੜੀ ਕਦੋਂ ਵੇਖਣ ਨੂੰ ਮਿਲੂਗੀ? ਅਸੀਂ ਵਾਹਿਗੁਰੂ ਪਤਾ ਨਹੀਂ ਕਦੋਂ ਮਿਲਾਉਣਾ, ਮੈਂ ਅੱਜ ਆਸਟ੍ਰੇਲੀਆ ਨੂੰ ਚੜ੍ਹਨ ਲੱਗਿਆ ਜੀ, ਇਹਨੇ USA ਨੂੰ ਚੜ੍ਹ ਜਾਣਾ, ਐਂਡ ਵੀ ਲਿਵ ਵੈਰੀ ਫਾਰ, ਹੈ ਨਾ, ਬਟ ਡੈਫੀਨੇਟਲੀ ਵੈਰੀ ਸੂਨ, ਪਰਮਾਤਮਾ ਕਰੇ ਅਸੀਂ ਇਕੱਠੇ ਕੰਮ ਕਰੀਏ, ਅਤੇ ਕੁਝ ਕੁ ਚੀਜ਼ਾਂ ਹੁੰਦੀਆਂ ਜਿਹੜੇ ਇਕੱਠੇ ਕਰੋ ਸ਼ਾਇਦ ਵਧੀਆ ਹੋ ਜਾਂਦੀਆਂ ਹੁੰਦੀਆਂ ਕਿਸੇ ਨਾਲ ਤੁਹਾਡੀ ਸਿਸਟਮ ਹੁੰਦਾ ਉਹ। ਸੋ ਆਮ ਗਲੈਡ ਆਈ ਵਰਕਡ ਵਿਦ ਹਰ, ਅਤੇ ਇਹਨਾਂ ਦਾ ਓਬਵੀਅਸਲੀ ਸ਼ੀ ਇਜ਼ ਵਨ ਆਫ ਦ ਜਿਨ੍ਹਾਂ ਨੇ ਬਹੁਤ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ।
proud moment for me. Yeah. ਤੁਸੀਂ ਵੀ ਉਹਨੇ ਹੀ ਗਲੈਡ ਹੋ? I think after watching the film, yes. ਪਹਿਲਾਂ ਤਾਂ ਮੈਨੂੰ ਸੀਗਾ ਹਾਏ ਤੰਗੀ ਬਹੁਤ ਕਰਦਾ ਹੈ, ਹੁਣ ਮੂਵੀ ਦੇਖ ਕੇ ਚਲੋ ਇਹਦੀ ਤੰਗੀ ਕਮ ਆਈ ਤੇ ਮਤਲਬ ਵਧੀਆ ਲੱਗ ਰਿਹਾ ਹੈ ਨਾ। ਤਾਂ ਇੱਥੇ ਵੀ ਵੰਡ ਹੋਣ ਜਾ ਰਹੇ, ਇੱਥੇ ਆਸਟ੍ਰੇਲੀਆ ਅਤੇ ਇੱਥੇ US, ਦੇਖਣ ਨਸੀਬੋ ਦੇ ਨਸੀਬੋ ਕਿੱਥੇ ਲੈ ਕੇ ਜਾਂਦੇ ਆ। ਤੇ ਜਿਹਨੇ ਜਿਹੜੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਦੀ ਲੱਗੀ? ਅਸੀਂ ਕਿ ਫਿਲਮ ਤਾਂ ਬਹੁਤ ਅੱਛੀ ਹੈ, ਸਾਡੇ ਮੈਡਮ ਤਾਂ ਸਾਡੇ ਖਾਸ ਨੇ, ਬਹੁਤ ਅੱਛਾ ਕੰਮ ਕੀਤਾ। ਕੋਕਰੀ ਸਾਹਿਬ ਨੇ ਦੋ ਫਿਲਮਾਂ ਕਰ ਚੁੱਕੇ, ਬਹੁਤ ਅੱਛੀਆਂ, ਔਰ ਆਉਣ ਵਾਲੀ ਫਿਲਮਾਂ ਵੀ ਇਹਨਾਂ ਦੀ ਅੱਛੀਆਂ ਹੋਣਗੀਆਂ। ਔਰ ਬਹੁਤ ਫੈਮਿਲੀ ਡਰਾਮਾ ਹੈ, ਬਹੁਤ ਅੱਛੀ ਮੂਵੀ ਹੈ, ਬਹੁਤ ਅੱਛੀ, ਜਿਹਨੂੰ ਕਹਿ ਸਕਦੇ ਆਪਾਂ, ਸੌਂਗ ਬਹੁਤ ਅੱਛੇ ਨੇ, ਬਾਕੀ ਐਕਟਿੰਗ ਦਾ ਦੋਨਾਂ ਦੀ ਕਮਾਲ ਹੈ। ਯੂਵੀ ਵੀਰੇ ਨੇ ਬਹੁਤ ਸੋਹਣੀ, ਯੋਗਰਾਜ ਸਿੰਘ ਜੀ ਓਬਵੀਅਸਲੀ ਤੁਸੀਂ ਸਾਰੇ ਹਾਸੀ ਰਹੇ ਸੀਗੇ ਅਤੇ ਬਹੁਤ ਫਨੀ ਰੋਲ ਆ ਉਹਨਾਂ ਦਾ। ਸਰਦਾਰ ਸੋਹੀ ਸਾਹਿਬ, ਨਿਰਮਲ ਰਿਸ਼ੀ ਜੀ, ਮੈਂ ਨਾ ਇਹ ਇਹ ਕਲਾਕਾਰ ਨਾ ਸਾਡੇ ਸਿਨੇਮੇ ਦਾ ਥੰਮ ਨੇ, ਅਸੀਂ ਤਾਂ ਆਉਂਦੇ ਜਾਂਦੇ ਰਹਿੰਦੇ ਹਾਂ, ਅਸੀਂ ਮੂਰਲਾ ਫੇਸ ਜਿਹੜਾ ਉਹ ਚਲਿਆ ਜਾਂਦਾ ਪਾਸੇ, ਇਹ ਕਲਾਕਾਰ ਨੇ ਫਿਲਮ ਬਣਾਉਣ ਵਾਲੇ। ਅਤੇ ਸੋ ਮੈਂ ਇਹਨਾਂ ਦਾ ਬਹੁਤ ਥੈਂਕ ਯੂ ਕਰਦਾ ਹਾਂ, ਆਪਣੇ ਬੀ ਐਨ ਸ਼ਰਮਾ ਜੀ, ਸਾਡੇ ਰਾਣਾ ਜੰਗ ਬਹਾਦੁਰ ਜੀ, ਮਲਕੀਤ ਰਾਣੀ ਜੀ, ਗੁਰਪ੍ਰੀਤ ਭੰਗੂ ਮੈਮ, ਜਿਹੜੇ ਮੇਰੇ ਤੋਂ ਨਾਂ ਰਹਿ ਗਏ ਹੁਣ, ਪਲੀਜ਼ ਮੈਨੂੰ ਮਾਫ਼ ਕਰ ਦਿਓ, ਪਰ ਤੁਸੀਂ ਬਹੁਤ ਉੱਪਰੇ ਹੋ, ਅਸੀਂ ਬਹੁਤ ਛੋਟੇ ਹਾਂ ਅਸੀਂ, ਪਰ ਤੁਸੀਂ ਇਸ ਸਿਨੇਮੇ ਨੂੰ ਬਹੁਤ ਫੜਿਆ ਅਤੇ ਤੁਹਾਡੇ ਕਰਕੇ ਇਹ ਸਿਨੇਮਾ ਚੱਲਦਾ ਹੈ। ਸੋ ਥੈਂਕ ਯੂ ਵੈਰੀ ਮੱਚ, ਇਸ ਫਿਲਮ ਦਾ ਪਾਰਟ ਬਣ ਲਈ, ਐਂਡ ਆਈ ਐਮ ਗਲੈਡ ਦੈਟ ਆਈ ਵਰਕਡ ਵਿਦ ਯੂ। ਸਾਡੀ ਮੂਵੀ ਦੇਖਿਓ, ਅਸੀਂ ਬਹੁਤ ਸੋਹਣੀ ਮੂਵੀ ਬਣਾਈ ਆ, ਜ਼ਰੂਰ ਦੇਖ ਕੇ ਆਇਓ, ਕਿਉਂਕਿ ਬੜਾ ਇੰਪੋਰਟੈਂਟ ਆ, ਕਿਸੇ ਚੰਗੀ ਮੂਵੀ ਨੂੰ ਚੰਗਾ ਹੰਗਾਰਾ ਮਿਲਣਾ ਬਹੁਤ ਇੰਪੋਰਟੈਂਟ ਆ, ਇਹੋ ਜਿਹੇ ਸਬਜੈਕਟ ਬਣਨਗੇ ਫਿਊਚਰ ਦੇ ਵਿੱਚ। ਰੀਅਲ ਲਾਈਫ ਸਟੋਰੀ ਸੀ, ਹੈ ਨਾ, ਅਤੇ ਤੁਹਾਡੇ ਬੜੇ ਬਜ਼ੁਰਗਾਂ ਨੇ ਇਹ ਵੰਡ ਵਾਲੀ ਜਿਹੜੀ ਵੀ ਚੀਜ਼ ਹੈ ਨਾ ਉਹ ਫੀਲ ਕੀਤੀ ਹੈ, ਅਤੇ ਉਹਨਾਂ ਦੇ ਇਮੋਸ਼ਨਸ ਇਸ ਦੇ ਵਿੱਚ ਭਰੇ ਹੋਏ ਨੇ। ਤੁਹਾਨੂੰ ਲੱਗਦਾ ਹੈ ਕਿ ਉਹ ਸਾਰੀ ਦੀ ਸਾਰੇ ਜੋ ਵੀ ਸੋਚਿਆ ਸੀ ਐਕਸਪੈਕਟੇਸ਼ਨਸ, ਉਹ ਪੂਰੀ ਹੋ ਰਹੀਆਂ ਨੇ ਵੱਡੇ ਪਰਦੇ 'ਤੇ ਮੂਵੀ ਵੇਖ ਕੇ? ਮਤਲਬ ਮੇਰੇ ਇਕੱਲੇ ਗ੍ਰੈਂਡ ਪੇਰੈਂਟਸ ਨੇ, ਪਤਾ ਨਹੀਂ ਲੱਖਾਂ ਲੋਕਾਂ ਨੇ ਦੇਖੀ ਹੋਏਗੀ, ਮੈਂ ਤਾਂ ਚਲੋ ਉਹਨਾਂ 'ਚੋਂ ਇੱਕ ਹਾਂ, ਜਿਹੜੀ ਆਪਣਾ ਮੈਨੂੰ ਤਾਂ ਮੌਕਾ ਮਿਲਿਆ ਉਹਨਾਂ ਦੀ ਸਟੋਰੀ ਸੁਣਾਉਣ ਦਾ, ਅਤੇ ਮੈਂ ਤੁਹਾਨੂੰ ਸੁਣਾਤੀ। ਅਦਰਵਾਈਜ਼ ਪਤਾ ਨਹੀਂ ਕਿੰਨੀਆਂ ਸਟੋਰੀਆਂ ਔਰ ਕਿੰਨੀਆਂ ਦੁੱਖ ਭਰੀਆਂ ਸਟੋਰੀਆਂ ਵੀ ਹੈ ਇਹਦੇ 'ਚ, ਤਾਂ ਬਹੁਤ ਹੱਸੀ ਖੁਸ਼ੀ ਇਹ ਔਰ ਅਚਾਨਕ ਵਨ, ਉਹ ਜਿਹੜਾ ਪ੍ਰੋਬਲਮ ਸੀ ਉਹ ਜੈਨੂਅਲੀ ਸਾਡੇ ਨਾਲ ਹੋਈ ਸੀ ਕਿ ਸਾਡੇ ਘਰਦਿਆਂ ਨੂੰ ਪਤਾ ਨਹੀਂ ਸਾਡੇ ਭੂਆ ਦਾ ਵਿਆਹ ਸੀ ਅਤੇ ਅਚਾਨਕ ਫੌਜੀ ਆ ਕੇ ਕਹਿੰਦੇ ਨਿਕਲੋ ਫਟਾਫਟ, ਉਹ ਜਿਵੇਂ ਦੱਸਦੇ ਉਹੀ ਮੈਂ ਕੋਸ਼ਿਸ਼ ਕੀਤੀ ਉਹਨਾਂ ਨੂੰ ਉੱਦਾਂ ਦੀ ਦਰਸਾਉਣ ਦੀ ਫਿਲਮ 'ਚ, ਅਤੇ ਮੈਨੂੰ ਲੱਗਦਾ ਥੋੜ੍ਹਾ ਬਹੁਤ ਠੀਕ ਠਾਕ ਕਰਤਾ ਮੈਂ ਕੰਮ। ਤਾਂ ਫਿਲਮ ਵਾਲਿਆਂ ਕੋਲ ਅੱਜ ਅਸੀਂ ਪੁੱਛਾਂਗੇ, ਤੁਹਾਨੂੰ ਇਹ ਫਿਲਮ ਦੇਖ ਕੇ ਕੀ ਲੱਗਿਆ? ਮੈਨੂੰ ਇਹ ਫਿਲਮ ਵੇਖ ਕੇ ਇਹ ਲੱਗਿਆ ਕਿ ਜਿਵੇਂ ਕਿ ਸਾਨੂੰ ਨਹੀਂ ਪਤਾ 1947 ਵਾਲੀ ਵੰਡ ਦੀ ਕਹਾਣੀ, ਉਹ ਸਾਨੂੰ ਹੁਣ ਪਰਦੇ 'ਤੇ ਵਿਖੀ ਹੈ। ਤੁਸੀਂ ਆਡੀਅੰਸ ਨੂੰ ਕੀ ਦੱਸੋਗੇ ਕਿ ਇਸ ਫਿਲਮ ਦੇ ਅੰਦਰ ਕੀ ਸੀ? ਅੱਛਾ, ਇਸ ਫਿਲਮ ਦੇ ਅੰਦਰ ਕੀ ਸੀ? ਇਸ ਫਿਲਮ ਦੇ ਅੰਦਰ ਯਾਰੀ ਸੀ, ਇਸ ਫਿਲਮ ਦੇ ਅੰਦਰ ਵੰਡ ਸੀ, ਹੈ ਨਾ, ਇਸ ਫਿਲਮ ਦੇ ਅੰਦਰ ਵੱਡੇ ਉਹ ਵਾਲੇ ਸ਼ਾਰਟ ਸੀ, ਹੈ ਨਾ, ਜਿਹੜੇ 20-25 ਘਰ ਬਣਾ ਕੇ, 20-25 ਘਰ ਨਹੀਂ ਸੀ, 40 ਘਰ ਸੀ, 40 ਘਰ ਸੀ, ਤੁਸੀਂ ਸਾਰੇ ਸੁਣ ਲਓ ਕਿ 40 ਘਰ ਸੀ ਜਿਹੜੇ ਬਣਾਏ ਸੀ, ਹੈ ਨਾ, ਅਤੇ ਪੈਸਾ ਕਿੱਦਾਂ ਲੱਗਾ? ਤੁਸੀਂ ਪੈਸੇ ਨੂੰ ਛੋੜੋ, ਪਹਿਲੇ ਫਿਲਮ ਦੇ ਬਾਰੇ ਦੱਸੋ, ਆਡੀਅੰਸ ਇਹ ਫਿਲਮ ਕਿਉਂ ਦੇਖੇ, ਤੁਹਾਨੂੰ ਰੋਣਾ ਆਇਆ ਸੀ ਜਾਂ ਨਹੀਂ? ਹਾਂ, ਮੈਂ ਇਮੋਸ਼ਨਲ ਹੋਈ ਸੀ ਆ ਮੂਵੀ ਵੇਖ ਕੇ, ਕਿਉਂਕਿ ਸਾਨੂੰ ਸਿਰਫ ਦੱਸਿਆ ਜਾਂਦਾ ਹੈ ਨਾ 1947 ਦੇ ਬਾਰੇ, ਪਰ ਜਦੋਂ ਅਸੀਂ ਉਸ ਨੂੰ ਪਰਦੇ 'ਤੇ ਵੇਖਿਆ, ਹੈ ਨਾ, ਤਾਂ ਇਮੋਸ਼ਨਲ ਹੋਈ ਸੀ ਆ। ਹੁਣ ਮੈਡਮ ਦਾ ਕਹਿਣਾ ਹੈ ਕਿ ਤੁਸੀਂ ਸਾਰੇ ਫੈਮਿਲੀ ਦੇ ਨਾਲ ਇਹ ਫਿਲਮ ਦੇਖ ਰਿਹਾ ਹੋ, ਫਿਲਮ ਬਹੁਤ ਸੋਹਣੀ ਬਣੀ ਹੈ। ਯਾਰਾ ਵੇ ਦੀ ਸਟਾਰਕਾਸਟ ਨਾਲ ਅਤੇ ਹੋਰ ਵੀ ਲੋਕਾਂ ਦੇ ਨਾਲ, ਅਤੇ ਇਹਨਾਂ ਨੇ ਦੱਸਿਆ ਕਿ ਇਹ ਜਿਹੜੀ ਫਿਲਮ ਹੈ ਇਹ ਯਾਰੀ ਦੇ ਉੱਤੇ ਹੈ, ਵੰਡ ਦੇ ਉੱਤੇ ਹੈ ਅਤੇ ਰਿਸ਼ਤਿਆਂ ਦੇ ਉੱਤੇ ਹੈ। ਤੁਹਾਡੀ ਇਸ ਫਿਲਮ ਤੋਂ ਕਿੰਨੀ ਉਮੀਦਾਂ ਨੇ ਇਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਦਾਅ ਫਿਲਮ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਸੀਂ ਤੁਹਾਨੂੰ ਮਿਲਾਂਗੇ ਅਗਲੀ ਵਾਰੀ, ਸਤਿ ਸ਼੍ਰੀ ਅਕਾਲ।